ਦੋਸਤੋ ਹੁਣ ਤਾਂ ਐ ਲੱਗਣ ਲੱਗ ਗਿਆ ਸਾਨੂੰ ਪੰਜਾਬ ਦੇ ਵਿੱਚ ਕਿ ਅਨ ਐਲਾਨੀ ਐਮਰਜੈਂਸੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਲਾ ਨਹੀਂ ਦਿੱਤੀ, ਠੋਕ ਦਿੱਤੀ ਹੈ। ਜਿਹੜਾ ਬੋਲੇ ਠੋਕ ਦਿਓ, ਜਿਹੜਾ ਬੋਲੇ ਤੁਹਾਡਾ ਵਿਰੋਧੀ ਉਹ ਤੇ ਪਰਚਾ ਦਰਜ ਕਰ ਦਿਓ, ਉਸ ਨੂੰ ਜੇਲ੍ਹ ਵਿੱਚ ਸੁੱਟ ਦਿਓ। ਅਗਰ ਫਿਰ ਲੱਗਦਾ ਵਾ ਕਿ ਹਲੇ ਘੱਟ ਸਜ਼ਾ ਵਾ, ਫਿਰ ਉੱਤੇ ਦੂਜਾ ਝੂਠਾ ਪਰਚਾ ਕਰੋ, ਫਿਰ ਤੀਜਾ ਕਰੋ, ਫਿਰ ਚੌਥਾ ਕਰੋ। ਇਹ ਬਿਲਕੁਲ ਇਹਦੀ ਮੈਂ ਤੁਲਨਾ ਡੈਫੀਨੇਟਲੀ ਕਰ ਸਕਦਾ ਕਿ ਇਹ ਅਨਡਿਕਲੇਅਰਡ ਐਮਰਜੈਂਸੀ ਆ। ਡਿਕਲੇਅਰਡ ਐਮਰਜੈਂਸੀ ਚ ਕੀ ਹੁੰਦਾ ਕਿ ਤੁਹਾਡੇ ਫੰਡਾਮੈਂਟਲ ਅਧਿਕਾਰਾਂ ਨੂੰ ਖੋਇਆ ਜਾਂਦਾ, ਜਿਹੜੇ ਸਾਡੇ ਸੰਵਿਧਾਨ ਦੇ ਵਿੱਚ ਮੌਲਿਕ ਅਧਿਕਾਰ ਦਿੱਤੇ ਨੇ, ਫਰੀਡਮ ਟੂ ਸਪੀਚ, ਬੋਲਣ ਦਾ ਅਧਿਕਾਰ, ਜਾਂ ਹੋਰ ਜਿਹੜੇ ਹੈਗੇ ਨੇ ਫੰਡਾਮੈਂਟਲ ਰਾਈਟਸ, ਉਹ ਸਾਰੇ ਕੱਟ ਦਿੱਤੇ ਜਾਂਦੇ ਨੇ। ਉਹ ਕਹਿੰਦੇ ਅਸੀਂ ਲਾਤੀ ਐਮਰਜੈਂਸੀ, ਇੰਡੀਆ 'ਚ ਲੱਗ ਚੁੱਕੀ ਹੈ। ਪਰ ਇਹਨੂੰ ਕਹਿੰਦੇ ਨੇ ਇਹ ਜੋ ਕੁਛ ਹੁਣ ਭਗਵੰਤ ਮਾਨ ਇੱਥੇ ਕਰ ਰਿਹਾ ਪੰਜਾਬ ਦੇ ਵਿੱਚ, ਇਹ ਅਨਡਿਕਲੇਅਰਡ ਐਮਰਜੈਂਸੀ ਆ ਔਰ ਇੱਕ ਪੁਲਿਸ ਸਟੇਟ ਕਨਵਰਟ ਕਰਤੀ। ਜਿੱਦਾਂ ਪਾਕਿਸਤਾਨ ਆ ਨਾ ਆਪਣੇ ਲਾਗੇ, ਉੱਥੇ ਫੌਜ ਦੀ ਸਟੇਟ ਆ, ਉੱਥੇ ਜਿਹੜਾ ਮਾੜਾ ਆ ਕੁਸਕਦਾ ਉਹਨੂੰ ਚੱਕ ਕੇ ਅੰਦਰ ਦੇ ਦਿੰਦੇ ਨੇ। ਹੁਣ ਤਾਜ਼ਾ ਉਹਨਾਂ ਨੇ ਇਮਰਾਨ ਖਾਨ ਨੂੰ ਅੰਦਰ ਦਿੱਤਾ ਹੋਇਆ ਵਾ, ਫੋਰਮਰ ਪ੍ਰਾਈਮ ਮਿਨਿਸਟਰ। ਇੱਕ ਕੇਸ ਵਿੱਚ 10 ਸਾਲ ਸਜ਼ਾ, ਜਦੋਂ ਲੱਗਿਆ ਕਿ ਸੁਪਰੀਮ ਕੋਰਟ ਇਹਨੂੰ ਜ਼ਮਾਨਤ ਦੇ ਦੂਗਾ, ਦੂਜਾ ਕੇਸ 14 ਸਾਲ ਸਜ਼ਾ। ਇਨ ਬਿਨ ਜਿਹੜਾ ਕਿਰਦਾਰ ਹੈ ਇਸ ਵਕਤ ਭਗਵੰਤ ਇੱਥੇ ਪੰਜਾਬ ਦੇ ਵਿੱਚ ਨਿਭਾ ਰਿਹਾ ਵਾ, ਜਿਹੜਾ ਬੋਲੇ ਚਾਹੇ ਕੋਈ ਆ, ਮਤਲਬ ਅਕਾਲੀ ਦਲ ਚੋਂ ਆ, ਕਾਂਗਰਸ ਚੋਂ ਆ, ਐਕਟਿਵਿਸਟ ਆ, ਕਿਸੇ ਹੋਰ ਪਾਰਟੀ ਦਾ ਵਾ, ਕਿਸਾਨ ਆਗੂ ਨੇ, ਪੁਲਿਸ ਤੇ ਪਰਚਾ, ਇਹ ਅੱਜ ਪੰਜਾਬ ਦਾ ਇੱਕ ਫੈਸ਼ਨ ਬਣਾਤਾ। ਔਰ ਅੱਜ ਜਿਹੜਾ ਇਕੱਠ ਰੱਖਿਆ ਸੀ ਭਾਨੀ ਸਿੱਧੂ ਦੇ ਹੱਕ ਵਿੱਚ ਸੰਗਰੂਰ, ਉਹਦੀ ਕੋਠੀ ਦੇ ਬਾਹਰ, ਇਹ ਇਕੱਠ ਪਹਿਲਾਂ ਹੋ ਚੁੱਕਾ ਇੱਕ ਕੋਟ ਦੁੰਨਾ, ਪਿਛਲੇ ਨੰਗੇ ਹੋਏ ਸੋਮਵਾਰ ਸ਼ਾਇਦ ਹੋਇਆ ਸੀਗਾ। ਉੱਥੇ 50,000-60,000 ਸ਼ਾਇਦ ਜ਼ਿਆਦਾ ਆਦਮੀ ਇਕੱਠਾ ਹੋਇਆ, ਕਿਸੇ ਨੇ ਝਰੀਟ ਵੀ ਨਹੀਂ ਮਾਰੀ, ਝਰੀਟ ਕਿਸੇ ਦੇ ਚੀਚੇ ਤੇ ਵੀ ਸੱਟ ਨਹੀਂ ਲੱਗੀ, ਐਡਾ ਵੱਡਾ ਇਕੱਠ ਹੋਵੇ। ਨੋਬਡੀ ਇੰਡਲਜਡ ਇਨ ਵਾਇਲੈਂਸ, ਪੀਸਫੁਲੀ ਆਪਣੀ ਗੱਲ ਕਹੀ ਸਾਰਿਆਂ ਨੇ ਤੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਉਦੋਂ ਅਗਲੇ ਦਿਨ ਜਾਂ ਉਦਣ ਹੀ ਸ਼ਾਮ ਨੂੰ ਚੌਥਾ ਪਰਚਾ ਜਿਹੜਾ ਵਾ ਉਹ ਦਰਜ ਕੀਤਾ ਗਿਆ, ਲੋਕਾਂ ਨੂੰ ਹੋਰ ਉਕਸਾਇਆ ਗਿਆ, ਉਹਨਾਂ ਨੂੰ ਜਿੱਦਾਂ ਕਹਿੰਦੇ ਕਿ ਚੜਾਇਆ ਗਿਆ ਕਿ ਤੁਸੀਂ ਆਓ ਦੁਬਾਰਾ ਲੜੋ ਸਟੇਟ ਦੇ ਨਾਲ, ਅਸੀਂ ਤੁਹਾਨੂੰ ਦੱਸਾਂਗੇ। ਪੰਜਾਬੀਆਂ ਦਾ ਤੇ ਸਿੱਖਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਪੁਰਾਣੇ ਉਹਨਾਂ ਦਾ ਖੂਨ ਕਿੱਥੋਂ ਆਉਂਦਾ ਵਾ। ਉਹਨਾਂ ਨੇ ਫਿਰ ਐਕਸੈਪਟ ਕੀਤਾ ਚੈਲੰਜ ਤੇ ਉਹਨਾਂ ਨੇ ਕਿਹਾ ਚੰਗਾ ਠੀਕ ਹੈ, ਫਿਰ ਅਸੀਂ ਤੇਰੀ ਕੋਠੀ ਘੇਰਾਂਗੇ ਜਾਂ ਤੇਰੀ ਕੋਠੀ ਦੇ ਮੋਹਰੇ ਧਰਨਾ ਦੇਵਾਂਗੇ। ਜੇ ਉਦਣ ਦਾ 50,000-60,000 ਆਦਮੀ ਦਾ ਇਕੱਠ ਸ਼ਾਂਤਮਈ ਸੀਗਾ ਤੇ ਅੱਜ ਦਾ ਵੀ ਸ਼ਾਂਤਮਈ ਹੋਣਾ ਸੀ। ਉਹ ਕੋਠੀਆਂ ਥੋੜੋ ਢੋਣ ਚੱਲੇ ਨੇ, ਉਹ ਤਾਂ ਇੱਕ ਸ਼ਾਂਤਮਈ ਢੰਗ ਦੇ ਨਾਲ ਸਾਰੀਆਂ ਜਥੇਬੰਦੀਆਂ ਪੰਜਾਬ ਦੀਆਂ, ਕਿਸਾਨ ਆਗੂ, ਕਿਸਾਨ ਜਥੇਬੰਦੀਆਂ ਸਾਰੀਆਂ ਇਹੀ ਕਹਿਣ ਚੱਲੀਆਂ ਸੀ ਕਿ ਤੂੰ ਗਲਤ ਕੰਮ ਕਰ ਰਿਹਾ ਵਾ, ਲੇਕਿਨ ਨਹੀਂ, ਅਸੀਂ ਸਹਾਰਨਾ ਹੀ ਨਹੀਂਗਾ, ਅਸੀਂ ਤਾਂ ਇਹਨੂੰ ਪੁਲਿਸ ਨਾਲ, ਕਹਿੰਦੇ 15 ਜ਼ਿਲ੍ਹਿਆਂ ਦੀ ਪੁਲਿਸ ਲਾਈ ਹੋਈ ਆ। ਚਰਨਜੀਤ ਸਿੰਘ ਚੰਨੀ ਫੋਰਮਰ ਚੀਫ ਮਿਨਿਸਟਰ ਆ ਪੰਜਾਬ ਦਾ, ਉਹਦੇ ਅਧਿਕਾਰ ਵੀ ਖੋਲੇ, ਜਿਹੜੇ ਪੱਤਰਕਾਰ ਫਿਰਦੇ ਨੇ ਉੱਥੇ ਇੰਡੀਪੈਂਡੈਂਟ ਆਰਗੈਨਿਕ ਮੀਡੀਆ, ਉਹਨਾਂ ਦੇ ਅਧਿਕਾਰ ਖੋਲੇ, ਬਿਠਾ ਲਓ, ਡਿਟੇਨ ਕਰ ਲਓ। ਬੀਕੇਯੂ ਦੇ ਬਹੁਤ ਸਾਰੇ ਮੈਂ ਦੇਖ ਰਿਹਾ ਸੀਗਾ, ਉਹਨਾਂ ਦਾ ਨਾਮ ਰੁਲਦੂ ਸਿੰਘ ਜੀ ਅਤੇ ਹੋਰ ਬਹੁਤ ਆਗੂਆਂ ਨੂੰ ਬੱਸਾਂ ਰੋਕ, ਥਾਣਿਆਂ 'ਚ ਲੈ ਜਾ। ਯਾਰ ਵਾਟ ਇਜ਼ ਹੈਪਨਿੰਗ, ਭਗਵੰਤ ਨੂੰ ਹੋ ਕੀ ਗਿਆ ਵਾ? ਕੇਜਰੀਵਾਲ ਜਿਹੜਾ ਕਹਿੰਦਾ ਹਮ ਤੋ ਸਵਰਾਜ ਮੈਂ ਯਕੀਨ ਰੱਖਤੇ ਹੈਂ, ਹਮ ਤੋ ਕੱਟੜ ਇਮਾਨਦਾਰ ਹੈਂ, ਹਮ ਤੋ ਬਦਲਾਵ ਲੈ ਕੇ ਆਏਂਗੇ, ਤੁਹਾਨੂੰ ਹੋ ਕੀ ਗਿਆ? ਆਰ ਯੂ ਆਊਟ ਆਫ ਯੋਰ ਮਾਇੰਡ? ਕੀ ਤੁਹਾਨੂੰ ਐਂ ਲੱਗਦਾ ਕਿ ਤੁਸੀਂ ਪੰਜਾਬ ਦੇ ਵਿੱਚ ਹੁਣ ਪੁਲਿਸ ਦੇ ਸਾਰੇ ਰਾਜ ਕਰਨਾ, ਪੰਜਾਬ ਮੁੜ ਕੇ ਚੋਣਾਂ 'ਚ ਜਾਣਾ ਨੀਗਾ, ਪਿੰਡਾਂ 'ਚ ਜਾਣਾ ਨੀਗਾ? ਮੈਨੂੰ ਤਾਂ ਇਹਨਾਂ ਦੀ ਸਮਝ ਆਉਂਦੀ। ਔਰ ਦੂਜੀ ਗੱਲ, ਦੋਗਲੀ ਨੀਤੀ, ਕੱਲ੍ਹ ਦਿੱਲੀ ਰੋ ਕੇ ਹਟੇ ਨੇ, ਕੇਜਰੀਵਾਲ ਨੂੰ ਉੱਥੇ ਬੁਲਾਇਆ ਸੀ ਨਾ, ਸਮਨਿੰਗ ਕੀਤੀ ਸੀ ED ਨੇ ਆਪਣੀ ਹਿਫਾਜ਼ਤ ਕਰਨ ਲਈ, ਜਿਹੜੀ ਮੇਅਰ ਦੀ ਇਲੈਕਸ਼ਨ ਵਿੱਚ ਧਾਂਦਲੀ ਹੋਈ ਆ, ਉਹਦਾ ਧਰਨਾ ਦਿੱਲੀ 'ਚ ਰੱਖਤਾ, ਰੱਖਣਾ ਤਾਂ ਚੰਡੀਗੜ੍ਹ ਚਾਹੀਦਾ ਸੀ, ਚਲੋ ਰੱਖਤਾ ਦਿੱਲੀ ਦੇ ਵਿੱਚ, ਅਤੇ ਉੱਥੇ ਉਹਨਾਂ ਨੇ ਬੀਜੇਪੀ ਵਾਲੇ ਉਹਨਾਂ ਨੂੰ ਫੜਾ ਫੜਾਈ ਕੀਤੀ, ਰੋਕਿਆ, ਫਿਰ ਕਹਿੰਦੇ ਇੱਥੇ ਲੋਕਤੰਤਰ ਦਾ ਕਤਲ ਹੋ ਗਿਆ ਜੀ, ਲੋਕਤੰਤਰ ਦਾ ਕਾਣ ਹੋ ਗਿਆ ਜੀ। ਅਤੇ ਜਦੋਂ ਤੁਸੀਂ ਉਹੀ ਉਧਰੋਂ ਵੱਧ ਅੱਤਿਆਚਾਰ ਤਾਂ ਪੰਜਾਬ 'ਚ ਕਰ ਰਹੇ ਹੋ ਤੁਸੀਂ, ਅੱਜ ਲੋਕਤੰਤਰ ਦਾ ਕਤਲ ਭਗਵੰਤ ਨਹੀਂ ਹੋਇਆ,
ਅੱਜ ਲੋਕਤੰਤਰ ਦਾ ਕਾਂਡ ਕੇਜਰੀਵਾਲ ਜੀ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ, ਤੁਸੀਂ ਲੋਕਾਂ ਨੂੰ ਪੁਲਿਸ ਦੇ ਥਰੂ ਟੈਰਰਾਈਜ਼ ਕਰ ਰਹੇ ਹੋ, ਉਹਨਾਂ ਨੂੰ ਧਮਕਾ ਰਹੇ ਹੋ ਕਿ ਖਬਰਦਾਰ ਜਿਸ ਭਗਵੰਤ ਦੀ ਕੋਠੀ ਦੇ ਮੂਹਰੇ ਆਏ। ਔਰ ਇਹੀ ਭਗਵੰਤ ਤੇ ਕੇਜਰੀਵਾਲ ਸੀ, ਇੱਥੇ ਧਰਨਿਆਂ ਲਾਉਣ ਦੀ ਲੋੜ ਹੀ ਪਿਆ ਨਹੀਂ ਕਰਨੀ ਜੀ। ਧਰਨੇ ਲੱਗਦੇ ਜੀ ਬਾਦਲ ਪਿੰਡ ਵਿੱਚ, ਧਰਨੇ ਲੱਗਦੇ ਪਟਿਆਲੇ, ਮੇਰੇ ਖਿਆਲ ਪਿਛਲੇ 2 ਸਾਲਾਂ ਦੇ ਵਿੱਚ ਜਿੰਨੇ ਧਰਨੇ ਭਗਵੰਤ ਦੀ ਕੋਠੀ ਦੇ ਮੂਹਰੇ ਲੱਗੇ, ਮਗਰਲੀਆਂ 5-4 ਸਰਕਾਰਾਂ ਦੇ ਨਹੀਂ ਲੱਗੇ ਹੋਣੇ, ਚਲੋ ਉਹ ਵੀ ਉਸ ਨੂੰ ਵੀ ਛੱਡ ਦਿਓ। ਪਰ ਜੋ ਅੱਜ ਤੁਸੀਂ ਕਰ ਰਹੇ ਹੋ ਇਹ ਸਰਾਸਰ ਅਨਿਆਏ, ਇਹ ਸਰਾਸਰ ਗੈਰ ਸੰਵਿਧਾਨਿਕ, ਇਹ ਸਰਾਸਰ ਸਾਡੇ ਮਨੁੱਖੀ ਅਧਿਕਾਰਾਂ ਦਾ ਕਾਣ ਕਰ ਰਹੇ ਹੋ, ਕਾਣ। ਤੁਸੀਂ ਜਨਤਾ ਨੂੰ ਇਹ ਸੁਣਿਆ ਦੇਣਾ ਚਾਹੁੰਦੇ ਕਿ ਆਹ ਸਾਰੇ ਪੰਜਾਬ 'ਤੇ ਮੇਰੀ ਉਂਗਲ ਐਂ ਕਰਕੇ, ਖਬਰਦਾਰ ਜੇ ਇੱਥੋਂ ਕੋਈ ਸਾਡੇ ਖਿਲਾਫ਼ ਬੋਲਿਆ ਤਾਂ ਖਹਿਰਾ ਬੋਲਿਆ ਚੱਕ ਅੰਦਰ, ਖਹਿਰਾ ਨਿਕਲਣ ਵਾਲਾ ਚੱਕ ਅੰਦਰ ਦੁਬਾਰਾ। ਭਾਨਾ, ਲੱਖਾ, ਕਾਂਗਰਸ ਦੇ ਪਤਾ ਨਹੀਂ ਕਿੰਨੇ ਲੀਡਰਸ ਨੂੰ ਮੈਂ ਦੋਸਤੋ ਕਹਿਣਾ ਚਾਹੁੰਦਾ, ਮੈਨੂੰ ਦੱਸੋ ਤੁਸੀਂ ਕਿ ਜਿਹੜੇ ਸਿਆਸੀ ਬਦਲਾਖੋਰੀ ਦੇ ਪਰਚੇ ਦਰਜ ਕੀਤੇ ਅੱਜ ਤੱਕ, ਕਦੀ ਕਿਸੇ ਅੰਜਾਮ ਤਾਈਂ ਪਹੁੰਚਿਆ ਕੋਈ? ਕੈਪਟਨ ਨੇ ਬਾਦਲ ਦੇ ਖਿਲਾਫ਼ ਕੀਤੇ, ਬਾਦਲ ਨੇ ਕੈਪਟਨ ਦੇ ਖਿਲਾਫ਼ ਕੀਤੇ, ਕਿੱਥੇ ਉਹ ਪਰਚੇ? ਉਹ ਕਿਉਂ ਐਵੇਂ ਆਪਣਾ ਵਕਤ ਜ਼ਾਇਆ ਕਰੀ ਜਾਂਦਾ? ਭਾਈ ਸਾਹਿਬ, ਕੰਮ ਕਰੋ, ਪੰਜਾਬ ਦੇ ਜਿਹੜੇ ਮੁੱਦੇ ਤੁਹਾਨੂੰ ਕਈ ਵਾਰੀ ਆਊਟਲਾਈਨ ਕਰਾਏ ਨੇ ਉਹਦੇ 'ਤੇ ਜਾਓ। ਮੈਂ ਸਖ਼ਤ ਤੋਂ ਸਖ਼ਤ ਸ਼ਬਦਾਂ 'ਚ ਇਸ ਦੀ ਨਿੰਦਿਆ ਕਰਦਾ, ਜਿੰਨੇ ਮੇਰੇ ਕੋਲ ਸ਼ਬਦ ਹੋ ਸਕਦੇ ਉਹ ਗਿਣ ਲਓ ਵਿੱਚ। ਔਰ ਮੈਂ ਪੁਲਿਸ ਨੂੰ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਕਰਦਾ ਕਿ ਇਹਨਾਂ ਦੇ ਹੱਥ ਠੋਕੇ ਮਤ ਬਣੋ, ਤੁਸੀਂ ਸੰਵਿਧਾਨ ਦੇ ਰਖਵਾਲੇ ਹੋ, ਤੁਹਾਡਾ ਕੰਮ ਹੈਗਾ ਟੂ ਅਪਹੋਲਡ ਦਾ ਰੂਲ ਆਫ ਲਾਅ, ਤੁਹਾਡਾ ਕੰਮ ਹੈਗਾ ਟੂ ਅਪਹੋਲਡ ਦਾ ਰੂਲ ਆਫ ਕੰਸਟੀਟਿਊਸ਼ਨ। ਜਿਹੜੇ IPS ਆਫਿਸਰਸ ਨੇ, PCS ਆਫਿਸਰਸ ਨੇ, ਤੁਹਾਨੂੰ ਪਬਲਿਕ ਐਕਸਚੈਕਰ ਵਿੱਚੋਂ ਤਨਖਾਹ ਮਿਲਦੀ ਹੈ, ਕੋਈ ਭਗਵੰਤ ਨਹੀਂ ਦੇ ਰਿਹਾ, ਕੋਈ ਕੇਜਰੀਵਾਲ ਆਪਣੀ ਜੇਬ 'ਚੋਂ ਨਹੀਂ ਦੇ ਰਿਹਾ। ਮਤ ਕਰੋ ਗਲਤ ਕੰਮ, ਮਤ ਕਰੋ ਆਪਣੇ ਲੋਕਾਂ 'ਤੇ ਅੱਤਿਆਚਾਰ। ਜਿੱਦਾਂ ਬਹਿਬਲ ਕਲਾਂ 'ਚ 2 ਨੌਜਵਾਨ ਮਰ ਗਏ ਸੀ, ਤੁਹਾਡੇ ਹੱਥੋਂ ਕੁਛ ਅੱਤਿਆਚਾਰ ਹੋ ਗਿਆ, ਕੋਈ ਗੋਲੀ ਚੱਲ ਗਈ, ਕਿਸੇ ਭਗਵੰਤ ਨੇ ਨਹੀਂ ਤੁਹਾਡੇ ਕੋਲ ਆਉਣਾ, ਕਿਸੇ ਕੇਜਰੀਵਾਲ ਨੇ ਨਹੀਂ ਆਉਣਾ। ਯੂ ਵਿਲ ਹੈਵ ਟੂ ਫੇਸ ਦ ਰੈਥ ਆਫ ਨੇਚਰ, ਉਸ ਅਕਾਲ ਪੁਰਖ ਵਾਹਿਗੁਰੂ ਦੀ ਰੈਥ ਆਫ ਦ ਪੀਪਲ, ਰੈਥ ਆਫ ਦ ਕੋਰਟਸ। ਇਸ ਕਰਕੇ ਮੈਂ ਤਾਂ ਤੁਹਾਨੂੰ ਸਿਰਫ ਕਹਿ ਹੀ ਸਕਦਾ ਵਾਂ, ਮੇਰੇ ਦਿਲ ਨੂੰ ਬੜੀ ਸੱਟ ਵੱਜਦੀ ਜੋ ਮੈਂ ਦੇਖਦਾ ਕਿ ਸਾਰਿਆਂ ਨੂੰ ਪੁਲਿਸ, ਆਪਣੇ ਹੀ ਲੋਕਾਂ ਨੂੰ ਜਿਹਨਾਂ ਤੋਂ ਵੋਟਾਂ ਲਈਆਂ, ਆਪਣੇ ਹੀ ਜ਼ਿਲ੍ਹੇ ਦੇ ਵਿੱਚ ਜਿਹੜਾ ਕਹਿੰਦੇ ਰਾਜਧਾਨੀ ਆ, ਉਹ ਮਿੱਤਰਾ ਹੁਣ ਕੀ ਕਹਿੰਦੇ ਹੁੰਦੇ ਆ ਕਿ ਰਾਜਧਾਨੀ ਢੱਠਣ ਵਾਲੀ ਲੱਗਦੀ, ਤੁਹਾਨੂੰ ਡਰ ਗਏ ਤੁਸੀਂ, ਖੌਫ 'ਚ ਆ ਗਏ, ਕਿਉਂਕਿ ਇੱਦਾਂ ਦੇ ਕਦਮ ਉਦੋਂ ਆਦਮੀ ਰੱਖਦਾ ਜਿਹੜਾ ਕਮਜ਼ੋਰ, ਕਾਇਰ, ਡਰਪੋਕ, ਉਹ ਚੱਕਦਾ। ਬਸ ਇੰਨਾ ਹੀ ਕਹਿਣਾ ਸੀਗਾ। ਔਰ ਮੈਂ ਫਿਰ ਮੈਂ ਨਿਮਰਤਾ ਨਾਲ ਕਹਿ ਸਕਦਾ, ਪਿਆਰ ਨਾਲ ਕਹਿ ਸਕਦਾ, ਕੁਛ ਸਮਝੋ। ਔਰ ਜੋ ਤੁਸੀਂ ਐਲੀਗੇਸ਼ਨ BJP 'ਤੇ ਲਾਉਂਦੇ, ED CBI ਦੁਰ ਇਸਤੇਮਾਲ ਕਰ, ਤੁਸੀਂ ਪੰਜਾਬ ਪੁਲਿਸ ਘੱਟ ਮਿਸਯੂਜ਼ ਕਰ ਰਹੇ ਹੋ। ਔਰ ਜਿਹੜੇ ਆਫਿਸਰ, ਮੈਂ ਪਹਿਲਾਂ ਕਿਹਾ, ਡੋਂਟ ਬਿਕਮ ਦੇਅਰ ਪਲਾਇਬਲ ਆਫਿਸਰਸ, ਪਲੀਜ਼ ਡੋਂਟ ਬਿਕਮ ਦੇਅਰ ਪੇਡ ਮਰਸਨਰੀਜ਼, ਐਕਟ ਲਾਈਕ ਗੁੱਡ ਆਫਿਸਰਸ, ਯੂ ਆਰ ਵੇਅਰਿੰਗ ਯੂਨੀਫਾਰਮ, ਯੂਨੀਫਾਰਮ ਪਾ ਕੇ ਤਾਂ ਉੱਥੇ ਬੰਦੇ ਨੂੰ ਗੌਰਵ ਹੋਣਾ ਚਾਹੀਦਾ, ਮਾਣ ਸਤਿਕਾਰ ਫੀਲ ਕਰਨਾ ਚਾਹੀਦਾ, ਉੱਥੇ ਤਾਂ ਐਂ ਲੱਗਦਾ ਕਿ ਆਪਾਂ ਜਿੱਦਾਂ ਇਹਨਾਂ ਦੇ ਗੁਲਾਮ ਬਣ ਕੇ ਕੰਮ ਕਰ ਰਹੇ ਹਾਂ। ਹਾਲੇ ਵੀ ਸਮਾਂ ਵਾ, ਇਹਨੂੰ ਰੀਰੇਲ ਕਰੋ, ਪੰਜਾਬ ਨੂੰ ਅੱਛੇ ਪੋਜ਼ਿਟਿਵ ਏਜੰਡੇ 'ਤੇ ਲੈ ਕੇ ਜਾਓ। ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਸ ਕਰਕੇ ਨਹੀਂ ਆਇਆ ਅੱਜ ਕਿਉਂਕਿ ਮੇਰੇ ਪਰਿਵਾਰ ਦੇ ਵਿੱਚ ਜਲੰਧਰ, ਸਾਡੇ ਬਹੁਤ ਨਜ਼ਦੀਕੀ ਪਰਿਵਾਰਕ ਮੈਂਬਰ ਦਾ ਅੱਜ ਇੱਥੇ ਦੇਹਾਂਤ ਸੀ, ਉਹਦਾ ਭੂਖ ਸੀ ਵਿੱਚ। ਆਈ ਕੁਡ ਨਾਟ ਮਿਸ, ਮੈਂ ਕੱਲ੍ਹ ਦੇ ਲਾਈਵ ਵਿੱਚ ਵੀ ਐਕਸਪਲੇਨ ਕਰਤਾ ਸੀਗਾ, ਪਰ ਇੰਨੀਆਂ ਕਾਲਾਂ ਆਈਆਂ ਮੈਨੂੰ ਸਾਰੇ ਪੈਨ ਪੰਜਾਬ 'ਚੋਂ ਕਿ ਸਾਡੇ ਨਾਲ ਧੱਕਾ ਹੋ ਗਿਆ ਜੀ, ਸਾਡੇ ਨਾਲ ਜ਼ੁਲਮ ਹੋ ਰਿਹਾ ਵਾ, ਤੁਸੀਂ ਆਵਾਜ਼ ਚੱਕੋ। ਤਾਂ ਮੈਂ ਜਦੋਂ ਭੂਖ ਖਤਮ ਹੋਇਆ, ਇੱਥੇ ਮਾਡਲ ਟਾਊਨ ਦੇ ਗੁਰਦੁਆਰਾ ਸਾਹਿਬ ਸੀ ਜਲੰਧਰ, ਮੈਂ ਉਹਦੇ ਪਾਕ ਵਿੱਚ ਹੀ ਬੈਠਾ, ਉਹਦੇ ਪਿੱਠ 'ਤੇ ਪੈ ਪਾਕ ਹੈ, ਉੱਥੋਂ ਬਹਿ ਕੇ ਤੁਰੰਤ ਮੈਂ ਤੁਹਾਡੇ ਨਾਲ ਗੱਲ ਕਰਨਾ ਮੁਨਾਸਿਬ ਸਮਝਿਆ। ਸੋ ਤੁਹਾਡਾ ਮੇਰੇ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ।